ਮਲੇਰਕੋਟਲਾ ਦੀ ਦ ਬ੍ਰਾਂਡ ਪਰਫਿਊਮਸ ਨਾਮੀ ਦੁਕਾਨ ਪਰਫਿਊਮ ਅਤੇ ਇਤਰ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਬਣ ਰਹੀ ਹੈ ਪਹਿਲੀ ਪਸੰਦ। ਦੁਕਾਨ ਦੇ ਮਾਲਕ ਮੁਹੰਮਦ ਅਦਰੀਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੁਸ਼ਬੂ ਲਗਾਉਣ ਦੇ ਸ਼ੌਕੀਨ ਦੂਰ ਨੇੜਿਓਂ ਆ ਕੇ ਉਹਨਾਂ ਤੋਂ ਇਹ ਪਰਫਿਊਮ ਖਰੀਦ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ 'ਤੇ ਕਈ ਬ੍ਰਾਂਡਸ ਦੇ ਪਰਫਿਊਮ ਅਤੇ ਇਤਰ ਉਪਲਬਧ ਹਨ ਜੋ ਕਿ ਮਲੇਰਕੋਟਲੇ ਤੋਂ ਬਾਹਰ ਦੇ ਲੋਕ ਆਨਲਾਈਨ ਵੀ ਖਰੀਦ ਸਕਦੇ ਹਨ। ਮੇਰਾ ਨਾਮ ਮੁਹੰਮਦ ਇਦਰੀਸ ਹੈ ਜੀ। ਇਦਰੀਸ ਸਾਹਿਬ, ਥੋੜ੍ਹਾ ਜਿਹਾ ਦੱਸੋ ਆਪਣੇ ਕੰਮ ਦੇ ਬਾਰੇ, ਕੀ ਕੰਮ ਹੈ ਆਪਣਾ? ਆਪਣਾ ਜੀ ਮੇਨ ਜਿਹੜਾ ਕੰਮ ਹੈ ਉਹ ਹੈਗਾ ਇਤਰਾਂ ਦਾ, ਪਰਫਿਊਮਸ ਦਾ। ਔਰ ਆਪਾਂ ਜਿਹੜੀ ਇਤਰ ਨੇ ਉਹ ਆਪਣੀ ਸਾਰੇ ਆਪਣੀ ਮੈਨੂਫੈਕਚਰਿੰਗ ਹੈ, ਆਪਣੇ ਤਿਆਰ ਕਰਵਾਉਂਦੇ ਹਾਂ, ਆਪਣੀ ਪੈਕਿੰਗ ਹੈ। ਜਿਹੜਾ ਇਹ ਕੰਸੈਪਟ ਹੈ ਤਕਰੀਬਨ ਆਪਣੇ ਮਲੇਰਕੋਟਲੇ ਸ਼ਾਇਦ ਨਹੀਂ ਹੈਗਾ, ਫਸਟ ਟਾਈਮ ਅਸੀਂ ਲੈ ਕੇ ਆਏ ਹਾਂ। ਔਰ ਇਹਦੇ 'ਚ ਤੁਹਾਨੂੰ ਕਾਫੀ ਚੀਜ਼ਾਂ ਨੇ ਨਵੀਆਂ ਮਿਲਣਗੀਆਂ। ਬਾਕੀ ਖੁਸ਼ਬੂ ਦੇ ਬਾਰੇ ਇਹ, ਖੁਸ਼ਬੂ ਲਗਾਉਣਾ ਸੁੰਨਤ ਵੀ ਹੈ। ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਖੁਸ਼ਬੂ ਲਗਾਉਂਦੇ ਥੇ ਔਰ ਪਸੰਦ ਵੀ ਕਰਦੇ ਥੇ, ਇਸ ਕਰਕੇ ਖੁਸ਼ਬੂ। ਔਰ ਵੈਸੇ ਵੀ ਰਮਦਾਨ ਦਾ ਮਹੀਨਾ ਚੱਲ ਰਿਹਾ ਇਸ ਵਕਤ, ਰਮਦਾਨ ਦੇ ਮਹੀਨੇ 'ਚ ਥੋੜ੍ਹੇ ਜਿਹੇ ਲੋਕ ਜ਼ਿਆਦਾ ਖੁਸ਼ਬੂ ਲਗਾਉਣਾ ਪਸੰਦ ਕਰਦੇ ਹੈ, ਇਸ ਕਰਕੇ ਅਸੀਂ ਤੁਹਾਨੂੰ ਅੱਜ ਇਹਦੇ ਬਾਰੇ ਹੀ ਦੱਸਾਂਗੇ। ਸਪੈਸ਼ਲ ਚੀਜ਼ ਇਹ ਜਿਹੜੇ ਹੁਣ ਸਾਡੇ ਇਤਰ ਨੇ, ਇਹ ਸਾਰੀ ਮੈਨੂਫੈਕਚਰਿੰਗ ਆਪਣੀਆਂ, ਇਹ ਚੀਜ਼ਾਂ ਤੁਹਾਨੂੰ ਆਮ ਮਾਰਕੀਟ 'ਚ ਨਹੀਂ ਮਿਲਣੀਆਂ। ਔਰ ਇਹ ਖੁਸ਼ਬੂਆਂ ਵੀ ਬਿਲਕੁਲ ਅਲੱਗ ਨੇ। ਸਾਡੇ ਕੋਲ ਜ਼ਿਆਦਾਤਰ ਤੁਹਾਨੂੰ ਜਿਹੜੇ ਵੱਡੀਆਂ ਕੰਪਨੀਆਂ ਦੇ ਪਰਫਿਊਮ ਆਉਂਦੇ ਨੇ, ਮੰਨ ਲਓ ਕੋਈ 12,000 ਦਾ, ਕੋਈ 15,000 ਦਾ, ਕੋਈ 20,000 ਦਾ, ਉਹ ਪਰਫਿਊਮ ਹਰ ਬੰਦਾ ਨਹੀਂ ਅਫੋਰਡ ਕਰ ਸਕਦਾ। ਉਹਦੀ ਸਾਡੇ ਕੋਲ ਤੁਹਾਨੂੰ ਕਲੋਨ ਮਿਲ ਜਾਣਗੇ। ਉਹ ਕਲੋਨ ਕਿਵੇਂ? ਹੁਣ ਸਾਡੀ ਇਹ ਪੈਕਿੰਗ ਹੈ 50 ml ਦੀ ਪੈਕਿੰਗ ਹੈ, ਔਰ ਇਹੀ ਜੇ ਤੁਸੀਂ ਕਿਸੇ ਕੰਪਨੀ ਦੀ ਪੈਕਿੰਗ ਲਵੋਗੇ ਤੁਹਾਨੂੰ ਉਹ 10,000 ਦੀ, 12,000 ਦੀ ਮਿਲਣੀ ਹੈ। ਇਸੇ ਤੁਹਾਨੂੰ ਉਹੀ ਸੇਮ ਪਰਫਿਊਮ, ਸੇਮ ਖੁਸ਼ਬੂ ਦਾ ਕਲੋਨ ਬਣਾ ਕੇ ਦੇਵਾਂਗੇ ਜਿਹੜਾ ਤੁਹਾਨੂੰ 300-400 ਰੁਪਏ ਦੀ ਕੋਸਟਿੰਗ ਕਰੇਗਾ। ਇੱਦਾਂ ਹੀ ਇਹ 100 ml ਦੀ ਪੈਕਿੰਗ ਹੈ ਸਾਡੀ, ਇਹ ਵੀ ਇਸ ਤਰ੍ਹਾਂ ਹੀ 600-700 ਦੀ ਤੁਹਾਨੂੰ ਕੋਸਟਿੰਗ ਕਰੇਗੀ। ਖੁਸ਼ਬੂ ਬਿਲਕੁਲ ਸੇਮ ਹੋਏਗੀ। ਅਸੀਂ ਹਰ ਜਿਹੜੇ ਵੱਡੀਆਂ ਕੰਪਨੀਆਂ ਦੇ ਵੀ ਆਉਂਦੇ ਨੇ, ਮੰਨ ਲਓ ਦੁਬਈ ਮੇਡ ਆਉਂਦੇ ਨੇ, ਉਹਨਾਂ ਦੇ ਸਾਡੇ ਕੋਲ ਪੈਕਿੰਗ ਹੁੰਦੀਆਂ ਨੇ, ਅਤੇ ਉਹ ਹੁੰਦੀ ਹੈ 1500, 2000, 2500 ਦੀ। ਉਹ ਵੀ ਹਰ ਬੰਦਾ ਕਈ ਦਫ਼ਾ ਲੈਣ ਲੱਗੇ ਕਤਰਾਉਂਦਾ। ਅਸੀਂ ਉਹਦੇ 'ਚੋਂ ਵੀ ਡੀਕੈਂਟ ਬਣਾ ਕੇ ਦੇ ਦਿੰਦੇ ਹਾਂ। ਕੋਈ ਬੰਦਾ ਚਾਹੇ ਕਿ ਮੈਨੂੰ ਪਹਿਲਾਂ ਜੀ ਥੋੜ੍ਹਾ ਜਿਹਾ ਟੈਸਟਰ ਦਿਓ, ਅਸੀਂ ਤੁਹਾਨੂੰ ਟੈਸਟਰ ਵੀ ਬਣਾ ਕੇ ਦੇ ਦਾਂਗੇ, ਥੋੜ੍ਹਾ ਜਿਹਾ ਦੇ ਦਾਂਗੇ ਉਹਦੇ 'ਚੋਂ ਕੱਢ ਕੇ, ਤੁਸੀਂ ਚੈੱਕ ਕਰੀਓ। ਅਗਰ ਤੁਹਾਨੂੰ ਪਸੰਦ ਹੋਊਗੀ ਤਾਂ ਤੁਸੀਂ ਸਾਡੇ ਤੋਂ ਵੱਡੀ ਪੈਕਿੰਗ ਵੀ ਲਿਜਾ ਸਕਦੇ ਹੋ। ਇਸ ਤਰ੍ਹਾਂ ਹੀ ਅਜਮਲ ਕੰਪਨੀ ਦੇ ਵੀ ਹੁੰਦੇ ਨੇ ਸਾਡੇ ਕੋਲ, ਉਹ ਵੀ ਕਾਫੀ ਕੋਸਟਲੀ ਹੁੰਦੇ ਨੇ, ਅਤੇ ਉਹਦੇ ਵੀ ਸਾਡੇ ਕੋਲ ਸਾਰੇ ਕਲੋਨ ਤਕਰੀਬਨ ਮਿਲ ਹੀ ਜਾਂਦੇ ਹੈ। ਸਾਡੇ ਕੋਲ ਡੀਓ ਵੀ ਮਿਲ ਜਾਂਦੇ ਹੈ, ਅਤੇ ਔਰ ਅਸੀਂ ਹਰ ਇੱਕ ਇਤਰ ਤੋਂ ਜਿਹੜਾ ਹੈ ਪਰਫਿਊਮ ਬਣਾ ਕੇ ਦੇ ਦਿੰਦੇ ਹਾਂ, ਜਿਹੜਾ ਤੁਹਾਨੂੰ ਇਤਰ ਪਸੰਦ ਹੈ। ਮੰਨ ਲਓ ਇਹ ਇਤਰ ਪਸੰਦ ਹੈ ਤੁਹਾਨੂੰ, ਇਹ ਤੁਸੀਂ ਕਹਿੰਦੇ ਵੀ ਜੀ ਮੈਨੂੰ ਲਗਾਉਣਾ ਥੋੜ੍ਹਾ ਜਿਹਾ ਇੱਦਾਂ ਮੁਸ਼ਕਿਲ ਲੱਗਦਾ ਕਿ ਫਟਾਫਟ ਮੈਂ ਲਗਾ ਲਵਾਂ ਪ੍ਰੈਸ਼ਰ ਨਾਲ, ਅਸੀਂ ਤੁਹਾਨੂੰ ਨਾਲ ਦੀ ਨਾਲ ਇਹੀ ਇਤਰ ਦਾ ਪ੍ਰੈਸ਼ਰ ਵਾਲਾ ਪਰਫਿਊਮ ਬਣਾ ਕੇ ਦੇ ਦਾਂਗੇ, ਜਿਹੜਾ ਕਿ ਤੁਸੀਂ ਲਗਾਉਣ 'ਚ ਵੀ ਆਸਾਨੀ ਸਮਝੋਗੇ, ਅਤੇ ਪੈਕਿੰਗ ਸਾਰੀ ਸਾਡੀ ਆਪਣੀ ਹੋ। ਖੁਸ਼ਬੂਆਂ ਵੀ ਬਿਲਕੁਲ ਅਲੱਗ ਹੋਣਗੀਆਂ, ਨੈਚੁਰਲ ਖੁਸ਼ਬੂਆਂ ਵੀ ਨੇ, ਫਰੈਂਚ ਖੁਸ਼ਬੂਆਂ ਵੀ ਨੇ, ਅਰੇਬੀਅਨ ਖੁਸ਼ਬੂਆਂ ਵੀ ਨੇ ਸਾਡੇ ਕੋਲ। ਬਾਕੀ ਸਰ ਜਿਵੇਂ ਤੁਸੀਂ ਕਿਹਾ ਵੀ ਪਰਫਿਊਮ ਬਣਾ ਕੇ ਦੇ ਦਿੰਦੇ, ਪਰਫਿਊਮ ਬੇਸਿਕਲੀ ਆਪਾਂ ਦੇਖੀਏ ਤਾਂ ਥੋੜ੍ਹੇ ਜਿਹੇ ਐਲਕੋਹਲਿਕ ਹੁੰਦੇ ਨੇ, ਤਾਂ ਉਹ ਚੱਕਰ ਤਾਂ ਨਹੀਂ ਹੁੰਦਾ? ਨਹੀਂ, ਸਾਡੇ ਕੋਲ ਜਿਹੜੇ ਇਤਰ ਹੈ ਇਹਦੇ 'ਚ ਕੈਮੀਕਲ ਪੈਂਦਾ, ਜਿਹੜਾ ਜਿਵੇਂ ਆਪਣੇ ਜ਼ਿਆਦਾਤਰ ਇਹ ਹੁੰਦਾ ਵੀ ਜੀ ਅਲਕੋਹਲ ਵਾਲੇ ਲਗਾਉਣ ਨਾਲ ਨਮਾਜ਼ ਨਹੀਂ ਹੁੰਦੀ, ਠੀਕ ਹੈ ਜੀ? ਅਤੇ ਜਿਹੜਾ ਅਸੀਂ ਕੈਮੀਕਲ ਪਾਉਂਦੇ ਹਾਂ ਉਹ ਤੁਸੀਂ ਲਗਾ ਵੀ ਸਕਦੇ ਹੋ, ਉਹਦੇ ਨਾਲ ਤੁਹਾਡੀ ਨਮਾਜ਼ ਵੀ ਹੋ ਜਾਏਗੀ, ਔਰ ਉਹ ਲਗਾਉਣਾ ਜਾਇਜ਼ ਵੀ ਹੈ, ਤੁਸੀਂ ਲਗਾ ਸਕਦੇ ਹੋ ਉਹਦੇ 'ਚ ਜਿਹੜਾ ਅਸੀਂ ਇਤਰ ਦੇ ਵਿੱਚ ਕੈਮੀਕਲ ਪਾਉਂਦੇ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਮਿਲ ਸਕਦੇ ਹਾਂ ਤੁਹਾਨੂੰ? ਵੈਸੇ ਅੱਜ ਕੱਲ੍ਹ ਜਿਵੇਂ ਰਮਜ਼ਾਨ ਦਾ, ਥੋੜ੍ਹਾ ਜਿਹਾ ਅਸੀਂ 10:30 ਵਜੇ ਤੋਂ ਲੈ ਕੇ ਅਫਤਾਰ ਟਾਈਮ ਤੱਕ ਬੈਠਦੇ ਹਾਂ ਜੀ। ਬਾਕੀ ਆਮ ਦਿਨਾਂ 'ਚ ਜਿਹੜੀ ਸਾਡੀ ਟਾਈਮਿੰਗ ਹੈ ਉਹ 10 ਵਜੇ ਤੋਂ ਲੈ ਕੇ 8 ਵਜੇ ਤੱਕ ਦੀ ਟਾਈਮਿੰਗ ਹੈ। ਇਸ ਤੋਂ ਇਲਾਵਾ ਇਤਰਾਂ ਤੋਂ ਇਲਾਵਾ ਜੋ ਹੋਰ ਖੁਸ਼ਬੂ ਤੁਹਾਡਾ ਹੁੰਦਾ ਵੀ ਹੋਰ ਕੀ ਤੁਹਾਡੇ ਕੋਲ ਲੈ ਕੇ? ਹੋਰ ਸਾਡੇ ਕੋਲ ਜੀ ਬਖੂਰਦਾਨੀ ਹੁੰਦੀ ਹੈ, ਜਿਵੇਂ ਤੁਹਾਨੂੰ ਅਰਬ ਕੰਟਰੀਆਂ ਦੇ ਵਿੱਚ ਚੱਲਦੀ ਹੈ, ਤੁਹਾਨੂੰ ਦੇਖੀ ਵੀ ਹੋਣੀ। ਆਪਣੇ ਉਰੇ ਥੋੜ੍ਹਾ ਜਿਹਾ ਟਰੈਂਡ ਹੈਗਾ ਗੁਜਰਾਤ ਵਗੈਰਾ ਸਾਈਡ ਕੀ ਨਹੀਂ, ਲੇਕਿਨ ਆਪਣੇ ਉਰੇ ਘੱਟ ਹੈ। ਅਤੇ ਉਹ ਜਿਵੇਂ ਉਹਦੇ 'ਚ ਪਾਊਡਰ ਬਖੂਰ ਪੈ ਜਾਂਦਾ, ਅਤੇ ਉਹ ਰੂਮ ਨੂੰ ਫਰੈਸ਼ ਕਰਨ ਵਾਸਤੇ ਖੁਸ਼ਬੂ ਜ਼ਿਆਦਾਤਰ ਲੋਕ ਇਸਤੇਮਾਲ ਕਰਦੇ ਨੇ, ਅਤੇ ਉਹ ਜਲਾਉਣ ਨਾਲ ਖੁਸ਼ਬੂ ਪੂਰੇ ਰੂਮ ਦੇ ਵਿੱਚ ਫੈਲ ਜਾਂਦੀ ਹੈ। ਕਾਫੀ ਅੱਛੀ ਚੀਜ਼ ਆ ਉਹ, ਜੇ ਤੁਸੀਂ ਯੂਜ਼ ਕਰਕੇ ਦੇਖੋਗੇ।